ਕਹਿੰਦਾ ਬਾਈ ਸਹੀ ਕਹਿੰਦਾ ਸੀਗਾ ਤੂੰ ਕਿ ਨਾ ਉਹ ਜਾਉਂਦਿਆਂ ਚ ਨਾ ਮਰਿਆਂ ਚ ਜਿਹਨੂੰ ਇੱਕ ਤਰਫਾ ਜਿਹਾ ਪਿਆਰ ਹੁੰਦਾ। ਮੈਂ ਕਿਹਾ ਵਧੀਆ ਗੱਲ ਆ, ਤੂੰ ਸਮਝ ਗਿਆ। ਕਹਿੰਦਾ ਪਰ ਮੈਂ ਤੇਰੀ ਕਹਾਣੀ ਜਾਣਨਾ ਚਾਹੁੰਦਾ ਕਿ ਤੇਰੇ ਨਾਲ ਕੀ ਹੋਇਆ ਸੀ। ਮੈਂ ਕਿਹਾ ਜੇ ਸੁਣਨਾ ਹੀ ਚਾਹੁੰਦਾ ਤਾਂ ਐਂਡ ਤੱਕ ਸੁਣੀ। ਕਿ ਕੋਸ਼ਿਸ਼ ਕੀਤੀ ਜਾਣਨ ਦੀ, ਪਹਿਚਾਨਣ ਦੀ ਕਿਸੇ ਹੋਰ ਨੂੰ, ਟਣੇ ਦੀ ਆਦਤ ਹੈ ਨੀ ਸੀ ਓਏ ਮੇਰੇ ਦਿਲ ਕਮਜ਼ੋਰ ਨੂੰ, ਟੁੱਟਣੇ ਦੀ ਆਦਤ ਹੈ ਨੀ ਸੀ ਮੇਰੇ ਦਿਲ ਕਮਜ਼ੋਰ ਨੂੰ। ਹੋਏ ਕੀ ਮੰਗਿਆ ਇੱਕ ਹਾਸੇ ਬਦਲੇ, ਬਸ ਮੈਂ ਹੱਸਣਾ ਚਾਹੁੰਦਾ ਸੀ। ਇੱਕ ਤਰਫਾ ਜਿਹਾ ਪਿਆਰ ਮੇਰਾ, ਮੈਂ ਉਹਨੂੰ ਦੱਸਣਾ ਚਾਹੁੰਦਾ ਸੀ। ਹੇ ਇੱਕ ਤਰਫਾ ਜਿਹਾ ਪਿਆਰ ਮੇਰਾ, ਬਸ ਉਹਨੂੰ ਦੱਸਣਾ ਚਾਹੁੰਦਾ ਸੀ। ਤਾਂ ਬਾਈ ਫਿਰ ਅੱਗੇ ਕੀ ਹੋਇਆ? ਮੈਂ ਕਿਹਾ ਸੁਣ, ਇਹ ਖੋਣਾ ਨਹੀਂ ਸੀ ਚਾਹੁੰਦਾ, ਉਹਨੂੰ ਡਰਦਾ ਸੀ, ਮੈਂ ਇਕੱਲਾ ਰੋਂਦਾ ਤੇ ਇਕੱਲਾ ਚੁੱਪ ਹੋ ਲੈਂਦਾ। ਇਹ ਹੱਥ ਪੈਰਾਂ ਦੀ ਕੰਬਣੀ ਸਿਰ ਨੂੰ ਚੜ ਜਾਂਦੀ ਜਦੋਂ ਯਾਰ ਮੇਰਾ ਮੈਨੂੰ ਅੱਖਾਂ ਨਾਲ ਹੀ ਛੋਹ ਲੈਂਦਾ। ਕਿ ਮੇਰੇ ਹੱਥ ਪੈਰਾਂ ਦੀ ਕੰਬਣੀ ਯਾਰਾ ਸਿਰ ਨੂੰ ਚੜ ਜਾਂਦੀ ਜਦੋਂ ਯਾਰ ਮੇਰਾ ਮੈਨੂੰ ਅੱਖਾਂ ਨਾਲ ਹੀ ਛੋਹ ਲੈਂਦਾ। ਕਿ ਨਾਮ ਸੱਜਣ ਦੇ ਰਾਤਾਂ ਦੀ ਤਕੀਦ ਹੁੰਦੀ, ਓਏ ਨਾਮ ਸੱਜਣ ਦੇ ਰਾਤਾਂ ਦੀ ਤਕੀਦ ਹੁੰਦੀ, ਮੁਹੱਬਤ ਵਾਲੇ ਜਾਣਦੇ ਨੇ ਬੇਚੈਨੀ ਕੀ ਚੀਜ਼ ਹੁੰਦੀ। ਯਾਰਾ ਮੁਹੱਬਤ ਵਾਲੀ ਜਾਣਦੇ ਨੇ ਕਿ ਆਹ ਬੇਚੈਨੀ ਕੀ ਚੀਜ਼ ਹੁੰਦੀ। ਦੂਰ ਸੀ ਰੰਗ ਬਨਾਵਟ ਤੋਂ, ਮੈਂ ਦੂਰ ਸੀ ਰੰਗ ਬਨਾਵਟ ਤੋਂ ਬਸ ਕੋਲੇ ਉਹਦੀ ਰੂਹ ਨੂੰ ਰੱਖਣਾ ਚਾਹੁੰਦਾ ਸੀ। ਇੱਕ ਤਰਫਾ ਜਿਹਾ ਪਿਆਰ ਮੇਰਾ, ਮੈਂ ਉਹਨੂੰ ਦੱਸਣਾ ਚਾਹੁੰਦਾ ਸੀ। ਇੱਕ ਤਰਫਾ ਜਿਹਾ ਪਿਆਰ ਮੇਰਾ, ਮੈਂ ਉਹਨੂੰ ਦੱਸਣਾ ਚਾਹੁੰਦਾ ਸੀ। ਕਹਿੰਦਾ ਬਾਈ ਫਿਰ ਦੱਸਿਆ ਨੀ? ਮੈਂ ਕਿਹਾ ਦੱਸਿਆ ਯਾਰ, ਕਿਉਂ ਨੀ ਦੱਸਿਆ? ਕਹਿੰਦਾ ਕੀ ਬਣਿਆ ਫਿਰ? ਮੈਂ ਕਿਹਾ ਸੁਣ, ਮੈਂ ਕਿਹਾ ਪਤਾ ਤੈਨੂੰ, ਤੂੰ ਕਿਸੇ ਦੇ ਲਈ ਕੁਝ ਖਾਸ ਹੈ, ਤੂੰ ਕਿਸੇ ਦੇ ਲਈ ਜਾਣੇ ਮਰਨੇ ਦਾ ਅਹਿਸਾਸ ਹੈ। ਯਾਰਾ ਤੂੰ ਕਿਸੇ ਦੇ ਲਈ ਜਾਣੇ ਮਰਨੇ ਦਾ ਅਹਿਸਾਸ ਹੈ। ਕਹਿੰਦੀ ਖੁੱਲ ਕੇ ਜਾਨੀ ਆ, ਮੈਂ ਜ਼ਿੰਦਗੀ ਇੰਨੀ ਸੰਗੀਨ ਨੀ ਕਰਦੀ, ਤੂੰ ਜਿਹੜੇ ਪਿਆਰ ਦੀ ਗੱਲ ਕਰਦਾ ਮੈਂ ਉਹਦੇ ਤੇ ਯਕੀਨ ਨੀ ਕਰਦੀ। ਯਾਰਾ ਤੂੰ ਜਿਹੜੇ ਪਿਆਰ ਦੀ ਗੱਲ ਕਰਦਾ ਮੈਂ ਉਹਦੇ ਤੇ ਯਕੀਨ ਨੀ ਕਰਦੀ। ਕਹਿੰਦਾ ਬਈ ਫੇਰ ਕੀ ਕਹਿੰਦੀ? ਕਹਿੰਦੀ ਦੋਸਤ ਹਾਂ ਪਏ ਤੋਂ ਵੱਧ ਕੇ ਕੁਝ ਨੀ ਹੋ ਸਕਦੇ। ਕਹਿੰਦੀ ਦੋਸਤ ਹਾਂ ਪਏ ਤੋਂ ਵੱਧ ਕੇ ਕੁਝ ਨੀ ਹੋ ਸਕਦੇ, ਕਿੰਨੇ ਬਦਕਿਸਮਤ ਲੋਕ ਯਾਰਾ, ਨਾ ਹੱਸ ਸਕਦੇ ਨਾ ਰੋ ਸਕਦੇ। ਕਿ ਚੁੱਪ ਜੇ ਕਰਕੇ ਮੋੜ ਲਏ ਚਾ ਸਾਰੇ ਜੇਬ ਚ ਪਾ ਲਏ ਮੈਂ, ਵਿੱਕੀ ਸਿਆਂ ਸ਼ਾਇਰ ਲਿਖਦਾ ਜੋ ਕੁਝ ਅੱਖਰੇ ਉਹ ਤੋਂ ਲਖਾ ਲਏ ਮੈਂ, ਵਿੱਕੀ ਸਿਆਂ ਸ਼ਾਇਰ ਲਿਖਦਾ ਜੋ ਕੁਝ ਅੱਖਰੇ ਉਹ ਤੋਂ ਲਖਾ ਲਏ ਮੈਂ। ਕਿ ਉਹਦਾ ਬੰਦ ਦਰਵਾਜ਼ਾ ਦਿਲ ਵਾਲਾ, ਉਹਦਾ ਬੰਦ ਦਰਵਾਜ਼ਾ ਦਿਲ ਵਾਲਾ ਜਿਹਦੇ ਵਿੱਚ ਵਸਣਾ ਚਾਹੁੰਦਾ ਸੀ। ਹੇ ਇੱਕ ਤਰਫਾ ਜਿਹਾ ਪਿਆਰ ਮੇਰਾ, ਮੈਂ ਉਹਨੂੰ ਦੱਸਣਾ ਚਾਹੁੰਦਾ ਸੀ। ਯਾਰ ਏ ਇੱਕ ਤਰਫਾ ਜਿਹਾ ਪਿਆਰ ਮੇਰਾ, ਬਸ ਉਹਨੂੰ ਦੱਸਣਾ ਚਾਹੁੰਦਾ ਸੀ। ਯਾਰ ਗਲਤ ਕੀਤਾ ਉਹਨੇ? ਮੈਂ ਕਿਹਾ ਨਹੀਂ, ਜੇ ਮੁਹੱਬਤ ਨਹੀਂ ਮਿਲੀ ਤਾਂ ਸਾਹਮਣੇ ਵਾਲਾ ਕਿਉਂ ਬਦਨਾਮ? ਕਿ ਜੇ ਦਿਲ ਨਾ ਮਿਲਿਆ ਕੋਲ ਰਹਿ ਕੇ ਵੀ ਕੀ ਕਰਨਾ, ਜੋ ਜਿੱਥੇ ਰਾਜੀ ਉਹਨਾਂ ਨੂੰ ਜੀ ਰਹਿਣ ਦੇ। ਹੇ ਜ਼ਿੰਦਗੀ ਆਉਂਦੇ ਜਾਂਦੇ ਬਹੁਤੇ ਬਹਿ ਜਾਂਦੇ, ਬਸ ਦਿਲ ਤੇ ਨਾ ਲਾਇਓ ਪਰ ਖੋਲੇ ਬਹਿਣ ਦੇ। ਯਾਰ ਦਿਲ ਤੇ ਨਾ ਲਾਇਓ ਬਸ ਕੋਲੇ ਬਹਿਣ ਦੇ। ਅੱਖਾਂ ਬੰਦ ਕਰਕੇ ਜਦ ਵੀ ਸੋਨਾ, ਅੱਖਾਂ ਬੰਦ ਕਰਕੇ ਜਦ ਵੀ ਸੋਨਾ, ਨਾ ਚਿਹਰਾ ਭੁੱਲ ਵਸਾਰ ਹੁੰਦਾ। ਬਸ ਸੱਜਣਾ ਇਹੀ ਤਾਂ ਇੱਕ ਤਰਫਾ ਜਿਹਾ ਪਿਆਰ ਹੁੰਦਾ। ਯਾਰਾ ਇਹੀ ਤਾਂ ਇੱਕ ਤਰਫਾ ਜਿਹਾ ਪਿਆਰ ਹੁੰਦਾ। ਬਹੁਤੇ ਲੋਕ ਇੱਕ ਦੋਸਤੀ ਵਾਲੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਇੱਕ ਤਰਫੀ ਮੁਹੱਬਤ ਨੂੰ ਛੱਡ ਦਿੰਦੇ ਆ। ਤੇ ਬਹੁਤਿਆਂ ਤੋਂ ਤਾਂ ਕਹਿ ਨਹੀਂ ਹੁੰਦਾ ਯਾਰਾ। ਤੇ ਕਈ ਉਹ ਨੇ ਬਾਬਾ ਜਿਹੜੇ ਕਹਿ ਤਾਂ ਲੈਂਦੇ ਨੇ ਪਰ ਜਦੋਂ ਮੁਹੱਬਤ ਮਿਲਦੀ ਨਹੀਂ ਤਾਂ ਉਸ ਦੁੱਖ ਨੂੰ ਗਲਦੇ ਨਾਲ ਲਾ ਕੇ ਜ਼ਿੰਦਗੀ ਦੇ ਰਾਹਾਂ ਤੇ ਤੁਰੇ ਜਾਂਦੇ ਆ। ਉਸਤਾਦ ਜੇ ਮਿਲੀ ਨਹੀਂ ਨਾ ਮੁਹੱਬਤ ਤਾਂ ਕੋਈ ਚੱਕਰ ਨਹੀਂ, ਸ਼ਾਇਦ ਰੱਬ ਨੇ ਤੁਹਾਡੇ ਲਈ ਕੁਛ ਹੋਰ ਵਧੀਆ ਲਿਖਿਆ ਹੋਇਆ। ਇਹ ਜ਼ਿੰਦਗੀ ਆ, ਉਹਨਾਂ ਚਿਹਰਿਆਂ ਨੂੰ ਸਲਾਮ ਕਰੋ ਜਿਨ੍ਹਾਂ ਨੇ ਤੁਹਾਨੂੰ ਛਾਉਣਾ ਸਿਖਾਤਾ। ਫਿਰ ਰੋਂਦੇ ਉਹ ਵੀ ਨੇ ਜਿਨ੍ਹਾਂ ਨੂੰ ਮਿਲਿਆ ਨਹੀਂ, ਰੋਂਦੇ ਉਹ ਵੀ ਜਿਨ੍ਹਾਂ ਨੂੰ ਮਿਲ ਗਿਆ ਏ। ਕਿਸੇ ਲਈ ਤਾਂ ਕੰਢੇ ਨੇ ਤੇ ਕਈਆਂ ਦੇ ਲਈ ਗੁਲਾਬ ਖਿੜ ਗਿਆ ਏ। ਇਸ ਵੀਡੀਓ ਦੇ ਵਿੱਚ ਕੋਈ ਵੀ ਜਜ਼ਬਾਤ ਤੁਹਾਡੇ ਨਾਲ ਮੇਲ ਖਾਂਦਾ ਤਾਂ ਇਸ ਵੀਡੀਓ ਨੂੰ ਸਾਰੇ ਕਿਤੇ ਸ਼ੇਅਰ ਕਰ ਦਿਓ। ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਵੀਡੀਓ ਦੀ ਕਿਹੜੀ ਲਾਈਨ ਸਾਰਿਆਂ ਨਾਲੋਂ ਵਧੀਆ ਲੱਗੀ ਆ। ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਤੇ ਕਰ ਲਿਓ ਫੋਲੋ। ਇੱਕ ਤਰਫੇ ਪਿਆਰ ਵਾਲਿਆਂ ਨੂੰ ਮੇਰਾ